ਸਾਡੇ ਦਰਬਾਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਾਹਿਬ ਬਹਾਦਰ ਸਰਦਾਰ ਗੁਰਨਾਮ ਸਿੰਘ ਜੀ ਚਲੋਨੀ ਸਾਹਿਬ ਜਿਨ੍ਹਾਂ ਨੇ ਮੇਰੇ ਵੀਰ ਦਿੱਲੀ ਦੀਆਂ ਹੱਕਾਂ ਦੇ ਉੱਤੇ ਸੰਘਰਸ਼ ਕੀਤਾ। ਮੈਂ ਪਹਿਲਾਂ ਤਾਂ ਮੁੱਖ ਵਿੱਚ ਕਾਪਾ ਸਮਾਜ ਧੀਆਂ ਮਾਰਦਾ ਹਰ ਖੇਤਰ ਵਿੱਚ ਇਹ ਧੀਆਂ ਬਰਾਬਰ ਨੇ ਮੁੰਡਿਆਂ ਦੇ। ਸੁੱਖੀ ਕਕਰਾਲੇ ਹਰਜੀਤ ਝੂਠ ਨਹੀਂ ਮਾਰਦਾ, ਸੁੱਖੀ ਕਕਰਾਲੇ ਹਰਜੀਤ ਝੂਠ ਨਹੀਂ ਮਾਰਦਾ। ਜਦੋਂ ਦਿੱਲੀ ਦੇ ਵਿੱਚ ਮਿੱਤਰੋ ਸੰਘਰਸ਼ ਹੋਇਆ, ਸਰਦਾਰ ਗੁਰਨਾਮ ਸਿੰਘ ਜੀ ਚਲੋਨੀ ਸਾਹਿਬ ਜਿਨ੍ਹਾਂ ਨੇ ਆਪਣੇ ਹਿੱਕ ਜੋਰ ਦੀਆਂ ਲੜਾਈਆਂ ਲੜੀਆਂ, ਉਸ ਬਾਬਾ ਮਨਜੋਤ ਸਿੰਘ ਜੀ ਨੀਲੋਪੁਰ ਵਾਲੀਆਂ ਸਰਕਾਰਾਂ ਮਾਰ ਦਿਓ ਜੀ। ਸਾਰੇ ਵੀਰਾਂ ਨੂੰ ਬੇਨਤੀ ਹੈ, ਪੰਜਾਬ ਨਹੀਂ ਬਲਕਿ ਦੁਨੀਆ ਦੀ ਉਹ ਨਾਮਵਰ ਸ਼ਖਸੀਅਤ ਮਹਾਂਪੁਰਸ਼ਾਂ ਨੂੰ ਵੱਡੇ ਅਹੁਦੇ ਬਖਸ਼ੇ ਗਏ ਨੇ। ਸ਼੍ਰੀਮਾਨ ਸੰਤ ਬਾਬਾ ਮਨਜੋਤ ਸਿੰਘ ਜੀ ਮਹਾਂਪੁਰਸ਼ ਨੀਲੋ ਵਾਲੀਆਂ ਸਰਕਾਰਾਂ, ਬਹੁਤ ਵੱਡੀ ਵਾਂਗਡੋਰ ਜਿਹੜੀ ਮਹਾਂਪੁਰਸ਼ਾਂ ਨੂੰ ਵੀ ਸੰਭਾਲੀ ਗਈ ਹੈ। ਅਸੀਂ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਤਾਂ ਇੰਨਾ ਹੀ ਮਾਣ ਬਥੇਰਾ, ਸਾਨੂੰ ਤਾਂ ਇੰਨਾ ਹੀ ਮਾਣ ਬਥੇਰਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਗੁਰਨਾਮ ਸਿੰਘ ਜੀ ਚੜੂਨੀ ਸਾਹਿਬ ਦਾ, ਜਿਹਨੇ ਵੀ ਤੁਸੀਂ ਮੁਬਾਰਕ ਕਦਮ ਸਾਜਿਆ। ਲੋ ਚੜੂਨੀ ਸਾਹਿਬ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ। ਭਲੇ ਬਹੁਤ ਬਹੁਤ ਧੰਨਵਾਦ ਸਾਡੇ ਅਤਿ ਸਤਿਕਾਰਯੋਗ ਸਾਹਿਬ ਬਹਾਦਰ ਸਰਦਾਰ ਗੁਰਨਾਮ ਸਿੰਘ ਜੀ ਚੜੂਨੀ ਸਾਹਿਬ, ਜਿਨ੍ਹਾਂ ਨੇ ਸਾਨੂੰ ਦਿੱਲੀ ਜਿੱਤ ਕੇ ਦਿੱਤੀ ਕਹਿ ਦਈਏ। ਸੋ ਪਾਣੀ ਦੀਆਂ ਵਿਛਾੜਾਂ ਚੱਲੀਆਂ, ਬੈਰੀਕੇਡ ਤੋੜੇ, ਤਾਂ ਸਭ ਤੋਂ ਪਹਿਲਾਂ ਸਰਦਾਰ ਗੁਰਨਾਮ ਸਿੰਘ ਜੀ ਚੜੂਨੀ ਸਾਹਿਬ ਉਹਨਾਂ ਦਾ ਬੇਟਾ ਸੀ। ਤੌਰ 'ਤੇ ਮਾਣ ਸਨਮਾਨ ਚੜੂਨੀ ਸਾਹਿਬ ਅਤੇ ਸਾਡੇ ਸਤਿਕਾਰਯੋਗ ਬਾਬਾ ਮਨਜੋਤ ਸਿੰਘ ਜੀ ਗਰੇਵਾਲ ਸਾਹਿਬ। ਭਲੇ ਸੋ ਨਿਹਾਲ ਜੀ, ਭਲੇ ਸੋ ਨਿਹਾਲ, ਸੋ ਨਿਹਾਲ। ਅੱਜ ਅਸੀਂ ਖਵਾਜਾ ਪੀਰ ਦੀ ਦਰਗਾਹ 'ਤੇ ਨਤਮਸਤਕ ਹੋਣ ਆਏ ਹਾਂ। ਇੱਥੇ ਜਿਹੜਾ ਸਲਾਨਾ ਮੇਲਾ ਲੱਗਦਾ ਹੈ, ਅਤੇ ਜਿਹੜੇ ਸਾਡੇ ਬਾਬਾ ਮਨਜੋਤ ਸਿੰਘ ਜੀ ਨੇ ਇਹਨਾਂ ਨੇ ਇੱਥੇ ਟਰੱਸਟ ਬਣਾ ਕੇ ਬਹੁਤ ਚੰਗੀ ਇੱਥੇ ਸੇਵਾ ਕਰ ਰਹੇ ਨੇ। ਜਿਹੜੇ ਪਸ਼ੂ ਨੇ, ਗਾਵਾਂ ਨੇ, ਜ਼ਖਮੀ ਹੋ ਜਾਂਦੀਆਂ ਨੇ ਜਾਂ ਬਿਮਾਰ, ਜਿਹੜੇ ਨਾ ਕੋਈ ਇਲਾਜ ਨਹੀਂ ਕਰਾਉਂਦਾ ਉਹਨਾਂ ਦਾ ਇਲਾਜ ਕਰਾਉਂਦੇ ਨੇ। ਜਿਹੜੇ ਬੇਸਹਾਰਾ ਲੋਕ ਨੇ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦਾ, ਇਹਨਾਂ ਟਰੱਸਟ ਬਣਾਇਆ ਉਹਨਾਂ ਦਾ ਇਲਾਜ ਕਰਾਉਂਦੇ ਨੇ। ਅਤੇ ਹੋਰ ਕਈ ਤਰ੍ਹਾਂ ਦੀ ਸੇਵਾ, ਜਿਵੇਂ ਅਨਾਥ ਬੱਚੇ ਨੇ ਜਾਂ ਲੋੜਵੰਦ ਬੇਟੀਆਂ ਜਿਨ੍ਹਾਂ ਦੀ ਸ਼ਾਦੀ ਕਰਨ ਦੀ ਪਰਿਵਾਰ 'ਚ ਗੁੰਜਾਇਸ਼ ਨਹੀਂ, ਉਹਨਾਂ ਦੀ ਸ਼ਾਦੀਆਂ ਕਰਾਉਂਦੇ ਨੇ, ਸਾਰੇ ਕੰਮ ਇਹ ਕਰ ਰਹੇ ਨੇ। ਅਤੇ ਇੱਥੇ ਨਤਮਸਤਕ ਹੋਣ ਆਏ ਸੀ, ਅਤੇ ਇਹਨਾਂ ਤੋਂ ਪ੍ਰੇਰਨਾ ਜਾਂਦੀ ਹੈ ਵੀ ਜਿਹੜੇ ਬਾਕੀ ਜਿਹੜਾ ਆਮ ਜਿਹੜਾ ਜਨਮਾਨਸ ਹੈ ਉਹਨੂੰ ਵੀ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਆਪਣਾ ਪਾਉਣਾ ਚਾਹੀਦਾ ਹੈ। ਅਤੇ ਆਪਣੇ ਦੇਸ਼ ਦੇ ਵਿੱਚ ਇਹ ਸੰਸਥਾਵਾਂ ਜਿਹੜੀਆਂ ਨੇ ਇਹ ਉਹਨਾਂ ਲੋਕਾਂ ਨੂੰ ਜੋੜਨ ਦਾ ਰਸਤਾ ਦਿੰਦੀਆਂ ਨੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ। ਬਾਬਾ ਜੀ, ਅੱਜ ਮੇਲਾ ਵਾ ਅਤੇ ਮੇਲੇ ਬਾਰੇ ਕੀ ਸੰਦੇਸ਼? ਅੱਜ ਸਾਡਾ ਸਾਲਾਨਾ ਮੇਲਾ, ਜੋ ਹਰ ਸਾਲ ਅਸੀਂ ਇਹ ਜੋੜ ਮੇਲਾ ਔਰ ਭੰਡਾਰਾ ਮਨਾਉਂਦੇ ਹਾਂ, ਉਸੇ ਤਰੀਕੇ ਅੱਜ ਵੀ ਸਾਡਾ ਇਹ ਜਿਹੜਾ ਭੰਡਾਰਾ ਔਰ ਜੋੜ ਮੇਲਾ ਚੱਲ ਰਿਹਾ। ਔਰ ਬੜੀ ਅੱਜ ਖੁਸ਼ੀ ਦੀ ਗੱਲ ਹੈ, ਕਿਉਂਕਿ ਕਈ ਸਾਲ ਬਾਅਦ ਲੋਕਡਾਊਨ ਤੋਂ ਬਾਅਦ, ਕਰੋਨਾ ਦੀ ਮਹਾਮਾਰੀ ਤੋਂ ਬਾਅਦ, ਬੜੀ ਮੁਸ਼ਕਲ ਨਾਲ ਲੋਕ ਜਿਹੜੇ ਹੈ ਉਹ ਦੁਬਾਰਾ ਫਿਰ ਜੁੜ ਕੇ ਬੈਠਣ ਲੱਗੇ ਹੈ। ਔਰ ਅੱਜ ਮੇਲੇ ਦੀ ਬਹੁਤ ਵਧੀਆ ਰੌਣਕ ਤੁਸੀਂ ਦੇਖ ਰਹੇ ਹੋ, ਜਿਹੜਾ ਕਿ 2 ਸਾਲ ਬਾਅਦ ਅੱਜ ਮੇਲੇ ਦੀ ਜਿਹੜੀ ਰੌਣਕ ਆ ਉਹ ਦੇਖਣ ਵਾਲੀ ਹੈ। ਕਲਾਕਾਰ ਹਰ ਸਾਲ ਹੀ ਹੁੰਦੇ ਆ, ਔਰ ਤੁਸੀਂ ਵੇਖਿਆ ਹੋਊਗਾ ਕਿ ਸਾਡੇ ਜਿਹੜੇ ਪ੍ਰੋਗਰਾਮ ਹੈ ਉਹ ਜਾਂ ਤਾਂ ਧਾਰਮਿਕ ਗੀਤ ਗਾਏ ਜਾਂਦੇ ਆ ਇੱਥੇ, ਜਾਂ ਫਿਰ ਨਰੋਲ ਸੱਭਿਆਚਾਰ, ਜਿਹੜਾ ਕਿ ਪੰਜਾਬ ਦਾ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ, ਉਹਨੂੰ ਜਿਉਂਦਾ ਰੱਖਣ ਦੇ ਲਈ ਅਸੀਂ ਇੱਥੇ ਸੱਭਿਆਚਾਰ ਵੀ ਨਾਲ ਕਰਦੇ ਹਾਂ ਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ। ਇਸ ਕਰਕੇ ਧਾਰਮਿਕ ਔਰ ਸੱਭਿਆਚਾਰ ਦੋਨੇ ਹੀ ਸਾਡੇ ਪ੍ਰੋਗਰਾਮ ਹੁੰਦੇ ਆ। ਚੜੂਨੀ ਸਾਹਿਬ ਵੀ ਸਪੈਸ਼ਲ ਪਹੁੰਚੇ ਨੇ ਉਰੇ, ਅਤੇ ਉਹਨਾਂ ਨਾਲ ਥੋੜ੍ਹੀ ਗੱਲਬਾਤ ਵੀ ਹੋਊ, ਕਿਹੜੇ ਮੁੱਦੇ 'ਤੇ ਗੱਲ ਹੋਈ ਆ? ਦੇਖੋ, ਚੜੂਨੀ ਸਾਹਿਬ ਅੱਜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਮੇਲੇ 'ਤੇ, ਔਰ ਸੰਗਤ ਦੇ ਦਰਸ਼ਨ ਕਰਨ ਆਏ ਸੀ, ਕਿਉਂਕਿ ਮੈਂ ਖੁਦ ਚੜੂਨੀ ਸਾਹਿਬ ਦੀ ਜਥੇਬੰਦੀ ਦੇ ਵਿੱਚ ਸੇਵਾ ਨਿਭਾ ਰਿਹਾ, ਪੰਜਾਬ ਔਰ ਹਿਮਾਚਲ ਦਾ ਇੰਚਾਰਜ ਹੈ, ਔਰ ਰਾਸ਼ਟਰੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ, ਤਾਂ ਗੱਲ ਹੁੰਦੀ ਰਹਿੰਦੀ ਹੈ। ਔਰ ਮੈਂ ਸਮਝਦਾ ਜਿੰਨੇ ਚੜੂਨੀ ਸਾਹਿਬ ਸਾਡੀ ਕਿਸਾਨੀ, ਨੌਜਵਾਨੀ ਔਰ ਸਾਡੇ ਦੇਸ਼ ਦੇ ਲਈ
चिंतित ने। मेरा ख्याल मैं अज तक कोई जथेबंदी का होर प्रधान इन्ना चिंतित नहीं देखा, क्योंकि ये जो भी काम करते हैं वो बड़ा ही सोच समझ के और हमेशा ही देश के पंजाब के हरियाणे के पक्ष के खड़े है। और तुसी देखिया होगा कि जिहड़ा संघर्ष चलिया पिछे वो भी संघर्ष साडा शंभू बैरीयर से रह जाना सी जेकर चड़ूनी साहब वो बैरीगेट ना तोड़ दे और वो संघर्ष सारा लैके दिल्ली ना पहुँच दे। तो मैं समझदा कि यह जे जुझारू नेता दे मगर, यह जे जुझारू आगू दे मगर सानू लोगों नू चलन की लोड़ है ता जो आप इस देश नू बचा सकीए माड़े लोगों तो, कोऑपरेटिव घराणियां तो बचा सकीए। क्योंकि अज जिदा चड़ूनी साहब भी दस के गए हैं कि अज लड़ाई तो जिंदा रहन दी है, जिंदा रहांगे तो लड़ांगे ना, जिंदा रहन दी लड़ाई है, क्योंकि बाकी तो सब कुछ खोलिया साडा कारपोरेट घराणियां ने। और देखो तुसी कैसी गल है कि सिर्फ 8-9 जिहड़े कोऑपरेटिव घराणे ने उही इस देश नू सारे नू चला रहे हैं और देश का पैसा खा रहे हैं। बाकी जिहड़े व्यापारी जां होर तुसी अज कोई भी किसी भी तुसी बिजनेसमैन नू किसी भी तुसी अज व्यापारी नू छोटे दुकानदार नू तुसी किसी भी बंदे नू पुछ के देख लो, वो कहेगा कि मेरे को काम नहीं रहा। सो इस करके अज चड़ूनी साहब इस देश लई, इस देश की नौजवानी, इस किसानी और व्यापार दे लई, छोटे व्यापारियों लई, छोटे दुकानदारों लई लड़ रहे हैं। और मैं समझदा सानू सारियां नू इन्हां दा साथ देना चाहिए।
मान रहे तेरी पगड़ा रात कटाए बस एक सुना दे तेरी गोदी च सिर रख सोना बाबला बस जान दिन रज रज रोना बाबला लाडो अपनी दास तू थप थपाले जान दिनों बस एक लोरी सुना दे मैंने ना आप पहले तो याद आई ते जब भी मैं कितने जानती हूँ किसी साढ़े बहुत ही सत्कार योग सरदार जसवीर सिंह कुलाल जी जो हूँ अज है नहीं साढ़े नाल बट उन्होंने जो यादा ने जो उन्होंने आशीर्वाद हमेशा साढ़े नाल आ जो भी मैं स्टेज पर गाँव गाँवी सी ना तो उन्होंने जद ही आना तो अज उन्होंने बेटे ने कुलाल साहब बैठे सामने इदा अखा नहीं नम करनी तो सारा साथ देंगे ने सू कभी भी एम फील नहीं हो कि अच्छे बीच नहीं है।